ਇੱਥੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਫਿਰ ਕੀ ਵਾਪਰਿਆ? ਕਿਉਂਕਿ ਇਸ ਬੈਰਾਗ ਤੋਂ ਬਾਅਦ ਕੀ ਨਿਕਲਿਆ? ਐਵੇਂ ਥੋੜ੍ਹਾ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਚਿਖਾ ਦੀ ਲਾਟ ਖਾਲੀ ਜਾਊਗੀ? ਮੈਂ ਇੱਕ ਦਿਨ ਕਿਹਾ ਸੀ, ਸੰਤ ਸਿਪਾਹੀ ਨੂੰ ਕਦੀ ਕੋਈ ਵੀਰ ਰਸ 'ਚ ਨਾ ਲਿਆਵੇ, ਜਿੱਦਣ ਵੀਰ ਰਸ 'ਚ ਆ ਗਿਆ ਸਦੀ ਲੱਗ ਜਾਂਦੀ ਉਹਨੂੰ ਠੰਡਿਆਂ ਕਰਨ ਵਾਸਤੇ। ਗੁਰੂ ਗੋਬਿੰਦ ਸਿੰਘ ਰਾਏ ਇਕੱਲੇ ਕੋਲ ਪਹੁੰਚ ਕੇ, ਚਲੋ ਉੱਧਰ ਬੇਨਤੀ ਕਰਾਂ, ਇੱਧਰੋਂ ਸੁਨੇਹਾ ਪਹੁੰਚ ਗਿਆ। ਮੈਂ ਇੱਕ ਹੋਰ ਪੜ੍ਹੀ ਗੱਲ ਵੀ, ਆਲਮ ਖਾਂ ਨਿਹੰਗ ਖਾਂ ਦਾ ਪੁੱਤਰ ਗਿਆ ਰਾਏ ਇਕੱਲੇ ਕੋਲ। ਉੱਦਣ ਮੈਂ ਕਿਹਾ ਸੀ, ਰਾਏ ਇਕੱਲੇ ਦੀ ਬੇਟੀ ਵੀ ਆਈ ਸੀ ਨਿਹੰਗ ਖਾਂ ਦੇ ਬੇਟੇ ਵੱਲ, ਉਹ ਫਿਰ ਗੁਰੂ ਗੋਬਿੰਦ ਸਿੰਘ ਉੱਥੇ ਜਾ ਕੇ ਮਿਲਿਆ ਜਦੋਂ ਮਹਾਰਾਜ ਨੂੰ ਦੇਖਿਆ, ਅਤੇ ਕਹਿੰਦਾ ਮਹਾਰਾਜ ਮੈਂ ਆਨੰਦਪੁਰ ਵੀ ਦੇਖਿਆ, ਆਪਣੇ ਘਰ ਵੀ ਦੇਖਿਆ, ਅੱਜ ਵੀ ਦੇਖ ਰਿਹਾ, ਮੈਂ ਬਹੁਤ ਕੁਛ ਸੁਣ ਕੇ ਆਇਆ। ਸਤਿਗੁਰਾਂ ਨੇ ਮੁਸਕਰਾ ਕੇ ਕਿਹਾ, ਆਲਮ ਖਾਂ ਰੱਬ ਦੀ ਰਜ਼ਾ ਅੱਗੇ ਸੀਸ ਝੁਕਾਉਣਾ ਚਾਹੀਦਾ। ਉਹ ਆਲਮ ਖਾਂ ਕਹਿੰਦਾ, ਜੀ ਮੈਨੂੰ ਪਤਾ ਲੱਗਾ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨਾਲ ਕੁਛ ਵਾਪਰ ਗਿਆ ਹੈ। ਉੱਥੇ ਫਿਰ ਰਾਏ ਇਕੱਲੇ ਨੇ ਨੂਰੇ ਮਾਹੀ ਨੂੰ ਭੇਜਿਆ ਹੈ। ਪਹਿਲਾ ਸੁਨੇਹਾ ਆਲਮ ਖਾਂ ਦਿੰਦਾ ਵੀ ਇਹ ਮੈਂ ਸੁਣਿਆ ਜੀ ਵਾਪਰ ਗਿਆ। ਇਸ ਮੈਂ ਗ੍ਰੰਥਾਂ ਦਾ ਕੋਈ ਹਵਾਲਾ ਨਹੀਂ ਦੇ ਦਿਆ, ਪਰ ਆਪਣੇ ਕੋਲ ਹਰ ਇੱਕ ਸਰੋਤ ਹੈ। ਫਿਰ ਨੂਰਾ ਮਾਈ ਆਉਂਦਾ, ਇੱਥੋਂ ਸਾਰੀ ਖਬਰ ਜਾ ਕੇ ਜੋ ਕੁਛ ਸੁਣਦਾ ਠੰਡਾ ਬੁਰਜ ਤਸੀਏ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸਦਾ। ਮਹਾਰਾਜ ਸੁਣੀ ਜਾਂਦੇ ਆ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਕਿ ਮਹਾਰਾਜ ਨੇ ਜਦੋਂ ਘੱਲਿਆ, ਆਖਰ ਇੱਕ ਬਾਪ ਹੈ ਨਾ, ਮੇਰੀ ਫਿਰ ਬੇਨਤੀ ਹੈ, ਭਾਣੇ 'ਚ ਨੇ। ਸਿੱਖ ਨੂੰ ਕਹਿੰਦੇ ਨੇ, ਰੁੱਖ 'ਤੇ ਚੜ੍ਹ ਕੇ ਦੇਖ ਨੂਰਾ ਆਇਆ ਕਿ ਨਹੀਂ, ਨੂਰਾ ਆਇਆ ਕਿ ਨਹੀਂ। ਨੂਰਾ ਆਉਂਦਾ, ਗੁਰੂ ਗੋਬਿੰਦ ਸਿੰਘ ਵੱਲ ਵੇਖ ਕੇ ਆਪਣੇ ਹੱਥਾਂ ਨਾਲ ਆਪਣਾ ਚਿਹਰਾ ਲੁਕਾ ਲੈਂਦਾ, ਉਹ ਫੇਸ ਨਹੀਂ ਕਰ ਸਕਦਾ। ਇਤਿਹਾਸ ਕਹਿੰਦਾ, ਉਹ ਕਹਿੰਦਾ ਮਹਾਰਾਜ ਇਹ ਕਿਹੋ ਜਿਹਾ ਦਿਨ ਛਿਪਦਾ ਪਿਆ ਜੀ ਸੂਰਜ? ਹਜ਼ੂਰ ਕਹਿਣ ਲੱਗੇ, ਮੈਂ ਸ਼ਾਮਾਂ ਦੇ ਸੁਨੇਹੇ ਸੁਣਦਾ ਆਦੀ ਹਾਂ। ਪਿਤਾ ਦਾ ਸੀਸ ਆਇਆ ਉਹ ਦਿਨ ਵੀ ਸ਼ਾਮ ਸੀ, ਕੀਰਤਪੁਰ ਸਵੇਰੇ ਉੱਥੇ ਆਇਆ, ਅੱਠ ਪੋਹ ਨੂੰ ਸ਼ਾਮ ਸੀ ਜਦੋਂ ਜੁਝਾਰ ਸ਼ਹੀਦ ਹੋਏ, ਬੇਟੇ ਮੇਰੇ ਬਾਬਾ ਜੁਝਾਰ ਸਿੰਘ ਜੀ ਸਾਡੇ। ਤੂੰ ਦੱਸ, ਉਹਨੇ ਦੱਸਿਆ ਤੁਹਾਡੇ ਲਾਲਾ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ, ਮਾਤਾ ਜੀ ਨੂੰ ਸ਼ਹੀਦ ਕਰ ਦਿੱਤਾ। ਸਤਿਗੁਰਾਂ ਨੇ, ਇਤਿਹਾਸ ਕਹਿੰਦਾ, ਕਾਈ ਦਾ ਬੂਟਾ ਨਾਲ ਖੁਰਚੀ ਜਾ ਰਿਹਾ, ਐਵੇਂ ਨਹੀਂ ਸਭ ਕੁਝ ਗਿਆ ਇੱਥੋਂ, ਉਹਨਾਂ ਨੇ ਬੂਟਾ ਪੱਟ ਦਿੱਤਾ। ਸਿੱਖ ਬੈਰਾਗ 'ਚ ਸੱਚੀ ਮੁੱਚੀ ਰੋ ਰਹੇ ਸਨ, ਬੈਰਾਗ 'ਚ ਨਾਲ ਵੀਰ ਸੀ, ਬੂਟਾ ਪੱਟਿਆ। ਨੂਰੇ ਮਾਹੀ ਨੇ ਗੱਲ ਮੁਕਾਈ, ਹਜ਼ੂਰ ਨੇ ਕਿਹਾ, ਲੈ ਅੱਜ ਜ਼ਾਲਮ ਰਾਜ ਦੀਆਂ ਜੜ੍ਹਾਂ ਪੱਟ ਦਿੱਤੀਆਂ ਮੇਰੇ ਪੁੱਤਰਾਂ ਨੇ, ਇਹ ਨੀਆਂ। ਰਾਏ ਇਕੱਲੇ ਨੇ ਕਿਹਾ, ਮੇਰਾ ਕੀ ਬਣੇਗਾ? ਕਹਿਣ ਲੱਗੇ, ਤੂੰ ਗੁਰੂ ਕਾ ਸਿੱਖ ਹੈ। ਉਹਨਾਂ ਦੱਸਿਆ ਜੀ, ਹਾਂ ਦਾ ਨਾਰਾ ਮਾਰਿਆ। ਹਜ਼ੂਰ ਨੇ ਕਿਹਾ, ਉਹਦੀ ਜੜ੍ਹ ਖਰੀ ਰਹੇਗੀ। ਉਹਨਾਂ ਦੱਸਿਆ ਜੀ, ਮੋਤੀ ਰਾਮ ਮਹਿਰਾ, ਯਾਦ ਰੱਖਿਓ ਮੈਂ ਅੱਗੇ ਬੇਨਤੀ ਕਰਨ ਲੱਗਾ, ਮੋਤੀ ਰਾਮ ਜੀ ਦਾ ਪਤਾ ਨਹੀਂ, ਉਹਨੇ ਤੇ ਦਿੱਤੀਆਂ ਮੋਹਰਾਂ, ਮੋਤੀ ਰਾਮ ਜੀ ਦਾ ਪਤਾ ਲੱਗਾ, ਉਹਨਾਂ ਦੇ ਪਰਿਵਾਰ ਨੂੰ ਕੋਹਲੂ 'ਚ ਪੀੜ ਦਿੱਤਾ ਗਿਆ। ਜੇ ਇੱਕ ਇਤਿਹਾਸ 'ਚ ਪੜਿਆ ਮੋਤੀ ਰਾਮ ਬਾਰੇ, ਜੋ ਗੁਰੂ ਗੋਬਿੰਦ ਸਿੰਘ ਪਤਾ ਲੱਗਦਾ, ਕਹਿੰਦੇ ਨੇ ਮੋਤੀ ਰਾਮ ਨੇ ਬੜਾ ਪੁੰਨ ਕਮਾਇਆ ਹੈ। ਉਂਝ ਪੜ੍ਹਦੀ ਹਾਂ ਕਿ ਮੋਤੀ ਰਾਮ ਨੇ ਦੁੱਧ ਪਿਆਇਆ ਹੈ ਲਾਲਾ ਨੂੰ ਅਤੇ ਪੁੰਨ ਕਮਾਇਆ ਹੈ। ਅਗਲੇ ਕਹਿੰਦੇ ਨੇ, ਸੱਚ ਖੰਡ 'ਚ ਮੈਂ ਮੋਤੀ ਰਾਮ ਦੇ ਕੋਲ ਹੋਵਾਂਗਾ, ਉਹਨੇ ਮੇਰੇ ਪੁੱਤਰਾਂ ਦੀ ਸੇਵਾ ਕੀਤੀ ਹੈ, ਉਹ ਸਾਡਾ ਸਿੱਖ ਹੈ। ਗੁਰਮੁਖੋ ਇੱਥੋਂ ਹਜ਼ੂਰ ਜਾਂਦੇ ਆ, ਥੋੜ੍ਹੀ ਜਿਹੀ ਬੇਨਤੀ ਸੁਣਿਓ, ਟੋਡਰਮੱਲ ਵੀ ਚਲਾ ਜਾਂਦਾ ਜੀ ਇੱਥੋਂ। ਇਹਦਾ ਮਤਲਬ 1710-12 ਜਦੋਂ ਬਾਬਾ ਜੀ ਆ ਰਹੇ ਜੀ, ਟੋਡਰਮੱਲ ਜਿਉਂਦਾ ਹੁੰਦਾ ਜ਼ਰੂਰ ਮਿਲਦਾ।
ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਚੱਲਦੇ ਨੇ। ਮੈਂ ਉਹਨਾਂ ਨੂੰ ਬੇਨਤੀ ਕਰਨ ਲੱਗਾ ਜਿਹੜੇ ਕਹਿੰਦੇ ਇਕੱਲੇ ਰੋਂਦੇ ਆ, ਨਹੀਂ ਪਿਆਰਿਓ, ਇਸ ਦੁੱਲੇ ਹੋਏ ਖੂਨ ਨੇ ਤਵਾਰੀਖ ਬਦਲ ਦਿੱਤੀ ਸੀ। ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਆ, ਪੰਜ ਤੀਰ ਮਿਲਦੇ ਆ, ਸਿੰਘ ਮਿਲਦੇ ਆ, ਨਿਸ਼ਾਨ ਮਿਲਦੇ ਆ, ਪਰ ਬਦਕਿਸਮਤੀ ਸਾਡੀ ਕੌਮ ਦੀ, ਸਾਡੀ ਨਿੱਜੀ ਸਵਾਰਥਾਂ ਨੇ ਉਹਨੂੰ ਵੀ ਦਾਗੀ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਨੇ, ਸੰਤ ਰਾਮ ਉਦਾਸੀ ਦੀ ਉਹ ਗੱਲ ਭਾਵੇਂ ਉਹਨੇ ਚਮਕੌਰ ਦੇ ਸਿੰਘਾਂ ਦਾ ਜੇਰਾ ਲਿਖਿਆ, ਬਾਪੂ ਵੇਖਦਾ ਰਹੀ ਤੂੰ ਬੈਠ ਕੰਡੇ, ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ, ਟੁੱਬੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਸਾਰੇ ਕੱਢ ਲਵਾਂਗੇ ਗੀਤ ਤੇਰੇ, ਅਸੀਂ ਕੱਚੀ ਇਸ ਕੱਚੀ ਚਮਕੌਰ ਦੀ ਗੜੀ ਅੱਗੇ ਮੂਹਰੇ, ਇਸ ਕੱਚੀ ਚਮਕੌਰ ਦੀ ਗੜੀ ਮੂਹਰੇ, ਕਿਲ੍ਹਾ ਦਿੱਲੀ ਦਾ ਅਸੀਂ ਚੁਕਾ ਦਿਆਂਗੇ, ਝੋਰਾ ਕਰੀ ਨਾ ਕਿਲ੍ਹੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ, ਮਾਛੀਵਾੜੇ ਦੇ ਸੱਥਰ ਵਿੱਚੋਂ, ਗੁਰਮੁਖੋ ਸੁਣਿਓ, ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਜਿੰਨਾ ਸੂਲਾ ਨਾ ਦਿੱਤਾ ਸੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਤਾਰ ਬਣ ਕੇ। ਬਾਬਾ ਬੰਦਾ ਸਿੰਘ ਬਹਾਦਰ ਉੱਥੋਂ ਚੱਲਦੇ ਨੇ, ਸੁਣੋ, ਬਾਬਾ ਬੰਦਾ ਸਿੰਘ ਬਹਾਦਰ ਚੱਲਦੇ ਨੇ, ਸੋਨੀਪਤ ਆਉਂਦੇ ਆ, ਦਿੱਲੀ ਲਬਾਣੇ ਸਿੱਖ ਟਾਂਡਿਆਂ ਵਾਲੇ ਪੈਸੇ ਦਿੰਦੇ ਆ, ਜਦੋਂ ਪਤਾ ਲੱਗਦਾ ਸਰਹੰਦ ਜਾ ਰਿਹਾ ਉਹ ਪੈਸੇ ਦਿੰਦੇ ਆ ਜੀ ਦਿੱਲੀ, ਆ ਸੋਨੀਪਤ ਦੇ ਨੇੜੇ ਖੰਡਾ ਤੇ ਸਿਹਾਰੀ ਇਸ ਪਿੰਡ ਕੋਲੋਂ ਖਲੋ ਕੇ ਆਵਾਜ਼ ਦਿੰਦੇ ਨੇ, ਤੁਸੀਂ ਮੇਰਾ ਸਾਥ ਦਿਓ, ਮੈਂ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਆਹ ਹੈ ਸਿੱਖੀ ਦੀ ਬਖਸ਼ਿਸ਼। ਮੈਂ ਆਪ ਨੂੰ ਬੇਨਤੀ ਕਰਾਂ, ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਨੇ ਕੁੰਜਪੁਰਾ, ਚਲੋ ਸਮਾਣਾ, ਸੰਡੌਰਾ, ਚੱਪੜ ਚਿੜੀ ਦੇ ਮੈਦਾਨ 'ਚ, ਗੁਰਮੁਖੋ ਸਰਹੰਦ ਦੇ ਸੁਣ ਕੇ ਤੇ ਸਿੱਖਾਂ ਦੇ ਅੰਦਰ ਜਿਵੇਂ ਭਾਂਬੜ ਮੱਚ ਜਾਂਦਾ ਸੀ ਜੀ, ਸਰਹੰਦ, ਗੁਰੂ ਮਾਰੀ ਸਰਹੰਦ, ਤੇ ਸਾਡੇ ਇਤਿਹਾਸ ਨੇ ਕਿਹਾ ਮੇਰੇ ਸਿੱਖ ਹੋਣਗੇ ਇਹਦੀਆਂ ਇੱਟਾਂ ਪੱਟ ਕੇ ਪੰਜ ਪੰਜ ਦਰਿਆ ਵੀ ਸੱਟਿਆ ਕਰਨਗੇ। ਬਾਬਾ ਬੰਦਾ ਸਿੰਘ ਬਹਾਦਰ ਆਇਆ ਇੱਧਰ ਚੱਪੜ ਚਿੜੀ ਦੇ ਮੈਦਾਨ 'ਚ, ਆਹਮਣਾ ਸਾਹਮਣਾ ਹੋਇਆ। ਮੈਂ ਆਪ ਨੂੰ ਬੇਨਤੀ ਕਰਾਂ, ਮਾਝਾ, ਦੁਆਬਾ, ਮਾਲਵਾ, ਇਹ ਹੈ ਸਿੱਖੀ ਦੀ ਚਿਣਗ। ਮੈਂ ਤਾਂ ਹੀ ਕਹਿਣਾ ਵੀ ਐਵੇਂ ਕਲਪੋ ਨਾ ਵੀ ਕੁਝ ਨਹੀਂ ਰਹਿ ਗਿਆ, ਸਭ ਕੁਝ ਖਤਮ ਹੋ ਗਿਆ, ਇੱਥੇ ਗੁਰੂ ਕੀ ਕਲਾ ਹੀ ਵਰਤਣੀ ਹੈ। ਇੱਥੇ ਆਹਮਣਾ ਸਾਹਮਣਾ ਹੋਇਆ, ਸਰਦਾਰ ਫਤਿਹ ਸਿੰਘ ਨੇ ਸਜੋ ਸਾਹਮਣਾ ਹੁੰਦਾ ਆ ਸੱਜੇ ਪਾਸਿਓਂ ਵਜ਼ੀਰ ਖਾਂ ਚੜ੍ਹ ਕੇ ਆਇਆ, 80 ਸਾਲ ਦੀ ਉਮਰ ਸੀ ਉਹਦੀ, ਇਤਿਹਾਸ ਨੂੰ ਜੇ ਪੜ੍ਹੋ ਤੇ, ਉਹਨੇ ਪੂਰੇ ਜ਼ੋਰ ਨਾਲ ਮਾਰੀ ਤਲਵਾਰ, ਆ ਸੱਜਾ ਪਾਸਾ ਮੋਢਾ ਲੱਗ ਤੱਕ, ਲੱਕ ਤੱਕ, ਇੱਥੋਂ ਤੱਕ ਵੱਢ ਕੇ ਪਰਾਂ ਸੜ ਦਿੱਤਾ। ਉਹਦਾ 21 ਸਾਲ ਲੰਮ ਗਿਆ ਸੀ ਜੀ ਵਜ਼ੀਰ ਖਾਂ ਦਾ, ਸਿੱਖਾਂ ਜਕਾਰੇ ਛੱਡੇ, ਉਹਨਾਂ ਬਲਦਾਂ ਪਿੱਛੇ ਪਾ ਕੇ, 45 ਪਾਈ ਬਲਦਾਂ ਪਿੱਛੇ ਪਾ ਕੇ ਇੱਥੇ ਆਏ ਆ ਜੀ। ਇੱਥੇ ਫਿਰ ਸੁੱਚਾ ਆਨੰਦ, ਇਹ ਤਿਆਰੀ ਕਰ ਰਿਹਾ ਸੀ ਭੱਜਣ ਦੀ, ਇਹਨੂੰ ਫਿਰ ਪਕੜਿਆ ਗਿਆ। ਮੈਂ ਤਾਂ ਬੇਨਤੀ ਕਰਨ ਲੱਗਾ, ਇਹ ਜਿੱਥੇ ਅਸੀਂ ਬੈਠੇ ਹਾਂ ਇੱਥੇ ਬੜੀ ਬਖਸ਼ਿਸ਼ ਗਏ, ਉਹਨਾਂ ਜੋ ਜਨ ਦਿੱਤਾ ਇਹਦੇ ਨੱਕ 'ਚ ਨਕੇਲ ਪਾਈ ਗਈ, ਸੁੱਚਾ ਆਨੰਦ ਦਾ ਨੱਕ 'ਚ ਪਾ ਕੇ ਰੱਸਾ, ਇਹਦੇ ਗਲ ਦੇ ਵਿੱਚ ਝੋਲੀ ਪਵਾਈ ਬਾਬਾ ਬੰਦਾ ਸਿੰਘ ਬਹਾਦਰ ਨੇ, ਤੂੰ ਘਰ ਘਰ ਵਿੱਚ ਮੰਗ। ਇਹ ਝੋਲੀ ਪਾ ਕੇ ਮੰਗਣ ਤੁਰਿਆ, ਲੋਕਾਂ ਨੇ ਦੇ ਸਿਰ 'ਚ ਗੰਧ ਸੁੱਟਿਆ। ਯਾਦ ਰੱਖਿਓ, ਸੁੱਚਾ ਆਨੰਦ ਦਾ ਪਰਿਵਾਰ ਗਿਆ, ਬਾਬਾ ਬੰਦਾ ਸਿੰਘ ਬਹਾਦਰ ਜੇਤੂ ਜਰਨੈਲ ਬਣ ਕੇ ਆਏ, ਆਲੀ ਸਿੰਘ, ਮਾਲੀ ਸਿੰਘ, ਹਾਂਜੀ, ਉਹਨਾਂ ਨੂੰ ਪੁੱਛਦੇ ਨੇ ਕਿਹੜੀ ਥਾਂ ਹੈ। ਉਂਝ ਵੈਸੇ ਰਤਨ ਸਿੰਘ ਭੰਗੂ ਕਹਿੰਦਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਵਜ਼ੀਰ ਖਾਂ ਡਰਦਾ ਸੀ
ਉਹ ਕਹਿੰਦਾ ਸੀ ਮੈਨੂੰ ਨੀਲੇ ਝੱਗਿਆਂ ਵਾਲੇ ਦਿਸਦੇ ਆ, ਮੈਨੂੰ ਸੌਣ ਨਹੀਂ ਦਿੰਦੇ, ਮੈਨੂੰ ਕਟਾਰਾ ਮਾਰਦੇ ਆ। ਤੇ ਕਪੂਰੇ ਨੇ, ਜਿਹੜਾ ਕਪੂਰਾ ਬਰਾੜ ਸੀ ਕੋਟਕਪੂਰੇ ਵਾਲਾ, ਉਹਨੇ ਫਿਰ ਕਿਹਾ ਤੂੰ ਜ਼ੁਲਮ ਕੀਤਾ, ਉਹਨਾਂ ਦੀ ਥਾਂ ਬਣਾ, ਤੈਨੂੰ ਚੈਨ ਨਾਲ ਨੀਂਦ ਪੈ ਸਕਦੀ ਹੈ। ਪਹਿਲੀ ਥਾਂ ਆਪਾਂ ਸਲੀਅਤ ਇਹ ਜੇ ਵਜ਼ੀਰ ਖਾਂ ਨੇ, ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ, ਮੈਂ ਕੱਲ੍ਹ ਵੀ ਕਿਹਾ ਜੀ ਉਹਨਾਂ ਉਹ ਥਾਂ ਦੇਖੀ, ਏਡਾ ਵੱਡਾ ਰਾਠ ਬੰਦਾ ਜੀ, ਜੇਤੂ ਜਰਨੈਲ, ਜਦੋਂ ਨੀਆਂ ਦੇ ਕੋਲ ਆਇਆ ਨਾ, ਸੱਚੀ ਮੁੱਚੀ ਦੀਆਂ ਅੱਖਾਂ ਭਰ ਆਈਆਂ। ਸਾਡਾ ਇਤਿਹਾਸ ਕਹਿੰਦਾ, ਚਲੋ ਲਿਖਿਆ ਯੋਗੀ ਜੀ ਨੇ ਕਿ ਸਾਹਿਬਜ਼ਾਦੇ ਨੇ ਕਿਹਾ ਹਮ ਜਾਨ ਦੇ ਕੇ ਔਰੋਂ ਕੀ ਜਾਨੇ ਬਚਾ ਚੱਲੇ, ਸਿੱਖੀ ਕੀ ਨੀਵ ਖਮ ਹੈ ਸਰੋਂ ਪੇ ਉਠਾ ਚੱਲੇ, ਗੁਰਿਆਈ ਕਾ ਕਿੱਸਾ ਜਹਾਂ ਮੇਂ ਬਣਾ ਚੱਲੇ, ਸਿੰਘੋਂ ਕੀ ਸਲਤਨਤ ਕਾ ਪੌਦਾ ਲਗਾ ਜੱਕੀ ਚੁੱਕ ਚੱਲੇ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ। ਕਿੱਡੀ ਵੱਡੀ ਰਾਜ ਸੀ, ਸੋਚ ਸੀ, ਗੱਦੀ ਤੋਂ ਤਖਤ ਬਸ ਅਬ ਕੌਮ ਪਾਏਗੀ, ਦੁਨੀਆ ਮੇਂ ਜ਼ਾਲਮੋਂ ਕਾ ਨਿਸ਼ਾਨ ਤੱਕ ਮਿਟਾਏਗੀ। ਜੋਗੀ ਜੀ ਇਸਕੇ ਬਾਅਦ ਹੋਈ ਥੋੜ੍ਹੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਕੀ ਇੰਟੋਂ ਕਾ ਢੇਰ ਥੀ। ਬਾਬਾ ਬੰਦਾ ਸਿੰਘ ਬਹਾਦਰ ਹੁੰਦੇ ਆ ਉਹ ਥਾਂ ਜਿਹੜਾ ਜਿੱਥੇ ਆਪਾਂ ਮੱਥਾ ਟੇਕਦੇ ਹਾਂ ਜੀ, ਇਹ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਪੁੱਛਿਆ ਗਿਆ, ਇਹ ਥਾਂ ਬਣਾਇਆ। ਉਂਝ ਵੈਸੇ ਅੰਦਰੋਂ ਗੁਰਦੁਆਰੇ ਦੀ ਸ਼ਕਲ ਹੈ ਜੀ, ਮੇਰੀ ਫਿਰ ਬੇਨਤੀ ਸੁਣੋ, ਮੇਰੇ ਮਨ 'ਚ ਸੀ ਕੱਲ੍ਹ ਵੀ ਅੰਦਰੋਂ ਗੋਲਾਈ 'ਚ ਹੈ ਨਾ ਜੀ। ਯਾਦ ਰੱਖਿਓ ਪੁਰਾਣੀ ਜਿਹੜੀ ਭਵਨ ਕਲਾ ਸੀ ਨਾ, ਤੁਸੀਂ ਨਨਕਾਣਾ ਸਾਹਿਬ ਜਾਓ, ਛੋਟਾ ਨਾ ਮਹਾਰਾਜ ਦਾ 25 ਏਕੜਾਂ 'ਚ ਤਰਨ ਤਾਰਨ 'ਤੇ ਬਿਲਡਿੰਗ ਦੀ ਬਣਤਰ ਦੇਖੀ, ਕਿਉਂਕਿ ਰੁਖਾਨੀਅਤ ਥਾਵਾਂ 'ਤੇ ਜਿੰਨੀ ਥੋੜ੍ਹੀ ਥਾਂ 'ਤੇ ਇਬਾਦਤ ਹੋਵੇ ਓਨਾ ਜ਼ਿਆਦਾ ਅਸਰ ਹੁੰਦਾ ਹੈ। ਉਸ ਤੋਂ ਬਾਅਦ ਜਿਹੜੀ ਆਹ ਥਾਂ ਅਸੀਂ ਆਉਂਦੇ ਹਾਂ, ਇਸ ਥਾਂ ਸੀ, ਥੜਾ ਬਣ ਗਿਆ ਸੀ, ਸਮਾਂ ਆਇਆ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਹੋ ਗਿਆ। ਪਹਿਲੀ ਗੱਲ ਤਾਂ ਸਰਹੰਦ ਲੈਣ ਨੂੰ ਤਿਆਰ ਹੀ ਕੋਈ ਨਹੀਂ ਸੀ ਜੀ, ਭਾਈ ਬਾਜ ਸਿੰਘ ਨੂੰ ਦਿੱਤਾ, ਚਲੋ ਸਮਾਂ ਆਇਆ ਬਾਬਾ ਜੀ ਸ਼ਹੀਦ ਹੁੰਦੇ ਆ। ਉਸ ਤੋਂ ਬਾਅਦ ਇਹਦਾ ਹਾਕਮ ਜਿਹੜਾ ਭਾਈ ਬੁੱਢਾ ਸਿੰਘ ਬਣਦਾ, ਇਹ ਸੀ ਉਹਨਾਂ ਵਿੱਚੋਂ ਫਤਿਹ ਸਿੰਘਾਂ 'ਚੋਂ। ਉਸ ਤੋਂ ਬਾਅਦ ਆਲਾ ਸਿੰਘ ਜੀ ਇਹਨੂੰ ਖਰੀਦਦੇ ਆ, ਰਾਣੀ ਫਤਿਹ ਕੌਰ ਬੀਬੀ ਅਤੇ ਆਲਾ ਸਿੰਘ ਦਾ ਜਿਹੜਾ ਔਲਾਦ ਹੈ ਬਾਬਾ ਭਾਈ ਬੁੱਢਾ ਜੀ, ਮੈਂ ਕਹਿ ਰਿਹਾ, ਉਹਨਾਂ ਤੋਂ ਬਾਅਦ ਫਿਰ ਜਦੋਂ ਉਸਾਰੀ ਹੁੰਦੀ ਹੈ ਇਹਦੀ, ਇੱਥੋਂ ਦੇ ਇਲਾਕੇ ਦੇ ਬਜ਼ੁਰਗਾਂ ਨੂੰ ਇਕੱਠਿਆਂ ਕੀਤਾ ਜਾਂਦਾ, ਯਾਦ ਰੱਖਿਓ। ਪਰ ਉਸ ਸਮੇਂ ਜੱਸਾ ਸਿੰਘਾਲੋਵਾਲੀਆ ਵੀ ਹੁੰਦਾ ਜੀ, ਇੱਥੇ ਕੁਝ ਕਿਲੇ ਬਚ ਗਏ ਸਨ। ਸਿੱਖਾਂ ਨੇ ਕਿਹਾ ਸੀ ਜਿੰਨੀ ਦੇਰ ਤੱਕ ਸਰਹੰਦ ਹੱਲ ਨਾ ਵਾਇਆ ਸਾਨੂੰ ਚੈਨ ਨਹੀਂ ਆਉਣਾ। ਆਲੋਵਾਲੀਆ ਸਰਦਾਰ ਇੱਥੇ ਹਲ ਵਾਹ ਕੇ ਜਾਂਦਾ ਜੀ, ਖੋਤਿਆਂ ਨਾਲ ਕਿਲੇ ਖੰਡਰਾਤ ਕਰ ਦਿੰਦਾ ਸਿੱਖ। ਇਸ ਥਾਂ ਦੇ ਉੱਤੇ ਫਿਰ ਮੈਂ ਇੱਕ ਹੋਰ ਬੇਨਤੀ ਕਰਾਂ, ਬਾਕੀ ਦਾ ਕੀ ਬਣਿਆ? ਤਕਰੀਬਨ 57 ਸਾਲ ਬਾਅਦ, ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ 57 ਸਾਲ ਬਾਅਦ, ਸਿੱਖਾਂ ਨੇ ਜਾਨੀ ਖਾਂ ਅਤੇ ਮਾਨੀ ਖਾਂ ਨੂੰ ਸੱਚੀ ਮੁੱਚੀ ਹਥੌੜੇ ਮਾਰ ਮਾਰ ਕੇ ਚਰਬੀ ਬਾਹਰ ਕੱਢ ਦਿੱਤੀ ਸੀ। ਇਸ ਕਰਕੇ ਸਿੱਖਾਂ ਨੂੰ ਸਰਹੰਦ ਥੋੜ੍ਹਾ ਭੁੱਲਦੀ। ਮੈਂ ਤਾਂ ਜੇ ਇੱਕ ਪੱਖ ਇਹ ਰੱਖਣ ਲੱਗਾ ਵਾਂ ਵੀ ਇਕੱਲਾ ਬੈਰਾਗ ਨਹੀਂ, ਇਸ ਡੁੱਲੇ ਹੋਏ ਅੱਥਰੂ ਨੂੰ ਕਮਜ਼ੋਰੀ ਨਾ ਸਮਝੋ, ਇਹ ਡੁੱਲੇ ਹੋਏ ਅੱਥਰੂ ਸੱਚੀ ਮੁੱਚੀ ਅੱਗ ਦੇ ਛੋਲੇ ਬਣ ਗਏ ਸਨ। ਇਸ ਕਰਕੇ ਸਾਡੇ ਰੋਣੇ ਨੂੰ ਤੁਸੀਂ ਕਮਜ਼ੋਰੀ ਨਾ ਜਾਣੋ। ਉਸ ਵਕਤ ਇਸ ਆਪਣੇ ਜਿਹੜੇ ਜਾਨੀ ਖਾਂ ਮਾਨੀ ਖਾਂ ਕਿਲੇ 'ਚ ਰਹਿੰਦੇ ਸਨ ਮੁਰਿੰਡੇ, ਹਾਂਜੀ, ਅਤੇ ਘੜੂਵੇਂ ਦੇ ਦੋ ਸਰਦਾਰ ਸਨ ਰਣ ਸਿੰਘ ਅਤੇ ਦਇਆ ਸਿੰਘ, ਉਹਨਾਂ ਨੂੰ ਪਤਾ ਸੀ ਇਹਦਾ।
ਪਹਿਲਾਂ ਉਹਨਾਂ ਕਿਹਾ ਵੀ ਆਪਾਂ ਇਹਨੂੰ ਸੋਧੀਏ, ਸਰਦਾਰ ਜੱਸਾ ਸਿੰਘ ਆਹਲੋਵਾਲੀਆ ਕਹਿੰਦੇ ਚਲੋ ਰਹਿਣ ਦਿਓ, ਸਰਦਾਰ ਚੜ੍ਹਨ ਸਿੰਘ ਹੁਣ ਸਾਰੀ ਵਹੀਰ ਸੀ ਨਾ ਜੀ, ਉਹਨਾਂ ਕਿਹਾ ਰਹਿਣ ਦਿਓ। ਇਹਨਾਂ ਨੇ ਕਿਤੇ ਜਲ ਪੀਣ ਗਿਆ ਸਿੰਘ, ਉੱਥੋਂ ਤੇ ਆਪਸ 'ਚ ਤਕਰਾਰ ਹੋਇਆ, ਉੱਥੇ ਫਿਰ ਮੈਂ ਸੰਖੇਪ ਕਹਿ ਰਿਹਾ, ਉੱਥੇ ਫਿਰ ਇਹ ਆਏ, ਇਹਨਾਂ ਨੇ ਦੋਨਾਂ ਨੂੰ ਪਕੜ ਕੇ ਘਣ ਮੰਗਾ ਕੇ ਨਾ ਜੀ ਵਿਦਾਨ, ਇਹਨਾਂ ਦੋਨਾਂ ਦੇ ਸਿਰ ਰੱਖ ਕੇ ਉੱਤੇ ਅਤੇ ਮਿੱਝ ਕੱਢ ਦਿੱਤੀ ਸੀ, ਬੱਚਿਆਂ ਸਮੇਤ ਇਹਨਾਂ ਨੂੰ ਖਾਇਆ ਜੀ ਉਹਨਾਂ। ਉਹ ਕਹਿੰਦੇ ਸਾਨੂੰ ਭੁੱਲ ਨਹੀਂ ਸਕਦਾ, ਭਾਵੇਂ 5 ਦਹਾਕੇ ਹੋ ਗਏ। ਉਸ ਤੋਂ ਬਾਅਦ ਮੈਂ ਫਿਰ ਬੇਨਤੀ ਕਰਾਂ, ਇਹ ਸਥਾਨ ਬਣਿਆ, ਫਤਿਹਗੜ੍ਹ ਨਾਮ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ, ਅਤੇ ਜੋਤੀ ਸਰੂਪ ਵੀ ਨਾਂ ਉਹਨਾਂ ਹੀ ਰੱਖਿਆ, ਜਿਹੜਾ ਜੋਤੀ ਸਰੂਪ ਨਾਂ ਸੀ ਕਹਿ ਨਾ ਬਾਬਾ ਬੰਦਾ ਸਿੰਘ ਬਹਾਦਰ ਨਿਸ਼ਾਨ ਲਾਇਆ। ਉਸ ਤੋਂ ਬਾਅਦ ਮਹਾਰਾਜਾ ਨਰਿੰਦਰ ਸਿੰਘ ਆਏ ਇਹ ਪਟਿਆਲੇ ਵਾਲਿਆਂ 'ਚੋਂ, ਉਹਨਾਂ ਨੇ ਇਹ ਗੁਰਦੁਆਰਾ ਸਾਹਿਬ, ਆਪਣਾ ਠੰਡਾ ਬੁਰਜ, ਬਬਾਨਗੜ੍ਹ, ਇਹ ਸਾਰੇ ਬਣਾ ਕੇ, ਜਦੋਂ ਸਾਰੇ ਬਣਾ ਰਹੇ ਸਨ, ਇੱਥੇ ਲਿਖਿਆ ਹੁੰਦਾ ਸੀ ਪਹਿਲਾਂ ਪਤਾ ਹੁਣ ਤਾਂ ਨਹੀਂ, ਮਹਾਰਾਜਾ ਨਰਿੰਦਰ ਸਿੰਘ ਨੂੰ ਫਿਰ ਮਾਤਾ ਜੀ ਸੁਪਨੇ 'ਚ ਮਿਲੇ, ਸ਼ਾਇਦ ਇੱਥੋਂ ਦੇ ਸੱਜਣਾ ਪਤਾ ਹੋਣਾ, ਸੁਪਨੇ 'ਚ ਮਿਲੇ। ਉਹਨਾਂ ਕਿਹਾ ਤੁਸੀਂ ਨੀਹਾਂ ਵੀ ਬਣਾ ਦਿੱਤੀਆਂ, ਬੁਰਜ ਵੀ ਬਣਾ ਦਿੱਤਾ, ਸਾਡਾ ਬਾਹਰ ਵਾਲਾ ਥਾਂ ਜ਼ਰੂਰ ਬਣਾਓ ਜਿੱਥੇ ਸੰਸਕਾਰ ਕੀਤਾ ਗਿਆ। ਇਹ ਥਾਂ ਫਿਰ ਉਹਨਾਂ ਨੇ ਕਾਇਮ ਕੀਤੀ। ਮੈਂ ਤਾਂ ਬੇਨਤੀ ਕੀਤੀ, ਇਹ ਜੋਤੀ ਸਰੂਪ ਹੈ, ਫਿਰ ਹੈ ਇਹ ਜੁਮਲਾ ਫੈਜ਼ੇ ਨੂਰ ਹੈ ਇਕੱਠਾ, ਜੋ ਸਰੂਪ ਹੈ। ਉਹਨਾਂ ਨੇ ਫਿਰ ਇਹ ਜਗ੍ਹਾ ਬਣਾਈ ਹੈ ਜਿਸ ਜਗ੍ਹਾ 'ਤੇ ਆਪੇ ਬੈਠਿਆ। ਹੁਣ ਅਗਲੀ ਗੱਲ, ਉਦੋਂ ਇਹ ਸਭਾ ਨਹੀਂ ਸਨ ਲੱਗਦੀਆਂ ਜੀ, ਇਹ ਸਭਾ ਕਦੋਂ ਸ਼ੁਰੂ ਹੋਈ, ਜਿਹੜੀ ਆਪਾਂ 3 ਦਿਨ ਮੇਲਾ ਪਹਿਲਾਂ ਨਹੀਂ ਸੀ ਸੰਗਤ ਆਉਣਾ, ਸਿੰਘ ਕੱਲ੍ਹ ਦਿਸ ਵੀ ਰਿਹਾ ਸੀ, ਇੱਥੇ ਵੀ ਸਾਡੇ ਬਜ਼ੁਰਗ ਮਾਈਆਂ ਆਉਂਦੀਆਂ ਹੁੰਦੀਆਂ ਸਨ, ਚਿੱਟੇ ਕੱਪੜੇ ਦੁਪੱਟੇ ਲੈਣੇ, ਸਤਨਾਮ ਵਾਹਿਗੁਰੂ ਕਹਿ ਕੇ ਚਲੀਆਂ ਜਾਣਾ। ਇੱਕ ਫਿਰ ਸਾਡੇ ਗਿਆਨੀ ਠਾਕੁਰ ਸਿੰਘ ਜੀ ਹੋਏ ਆ, ਇਹਨਾਂ ਦਾ ਜਨਮ ਹੋਇਆ ਸੀ ਜੀ ਗਿਆਨੀ ਠਾਕੁਰ ਸਿੰਘ ਜੀ ਹੋਣਾ ਦਾ 1838 ਨੂੰ, ਅਤੇ ਇਹਨਾਂ ਦਾ ਚਲਾਣਾ ਹੋਇਆ ਸੀ 1943 ਨੂੰ। ਮੈਂ ਤਾਂ ਵੇਰਵਾ ਦੇ ਰਿਹਾ ਵੀ ਇਹ ਪੁਰਾਣੇ ਨੇ ਗਿਆਨੀ ਜੀ, ਇਹਨਾਂ ਦੀਆਂ ਕਿਤਾਬਾਂ ਬਹੁਤ ਕਮਾਲ ਦੀਆਂ ਪੜ੍ਹਨ ਵਾਲੀਆਂ ਨੇ, ਗੁਰਦੁਆਰਾ ਦਰਸ਼ਨ ਕਿਤਾਬ ਬਹੁਤ ਸੋਹਣੀ ਪੜ੍ਹਨ ਵਾਲੀ ਜੀ ਇਹਨਾਂ ਦੀ, ਗੁਰਧਾਮ ਦਰਸ਼ਨ, ਉਹਦੇ ਵਿੱਚ ਗਿਆਨੀ ਠਾਕੁਰ ਸਿੰਘ ਹੁਣੀ ਇੱਥੇ ਆਏ, 105 ਸਾਲ ਦੀ ਉਮਰ 'ਚੋਂ ਗਏ ਆ। ਉਹਨਾਂ ਦੇ ਮਨ 'ਚ ਆਇਆ ਵੀ ਗੁਰੂ ਗੋਬਿੰਦ ਸਿੰਘ ਦਾ ਥਾਂ 'ਤੇ ਇਕੱਠ ਨਾ ਹੋਵੇ, ਉਹਨਾਂ ਫਿਰ ਪਿੰਡ ਪਿੰਡ ਜਾ ਕੇ ਪ੍ਰਚਾਰ ਕੀਤਾ ਵੀ ਸਿੱਖੋ ਆਓ, 11, 12 ਅਤੇ 13 ਪੋਹ ਨੂੰ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਆਪਾਂ ਮੱਥਾ ਟੇਕਣਾ। ਇਹ ਜਿਹੜੀ ਅੱਜ ਸਭਾ ਹੈ, ਇਹਦੀ ਸ਼ੁਰੂਆਤ ਗਿਆਨੀ ਠਾਕੁਰ ਸਿੰਘ ਹੋਣਾ ਕੀਤੀ ਹੈ। ਪਹਿਲੇ ਸਾਲ ਫਿਰ ਇਕੱਠ ਹੋਇਆ, ਰਾਜੇ ਮਹਾਰਾਜੇ ਆਏ, ਸੰਗਤਾਂ ਆਈਆਂ, ਗੁਰਮੁਖੋ ਉੱਥੇ ਦੀਵਾਨ ਸਜਿਆ, ਉਸ ਦੀਵਾਨ ਦੇ ਵਿੱਚ ਕੀਰਤਨ ਹੋਏ, ਕਥਾ ਹੋਈਆਂ, ਸਾਰੇ ਢਾਡੀ ਸਿੰਘ ਲੰਘੇ। ਉਸ ਦਿਨ ਤੋਂ ਬਾਅਦ ਅੱਜ ਤੱਕ ਤੁਸੀਂ ਦੇਖੋ ਦਿਨ ਬ ਦਿਨ ਗੁਰੂ ਗੋਬਿੰਦ ਸਿੰਘ ਦੇ ਲਾਲਾਂ ਦੀ ਥਾਂ 'ਤੇ ਜੈ ਜੈਕਾਰ ਹੋ ਰਹੀ ਹੈ। ਇਹ ਹੈ, ਮੈਂ ਐਦਕੀ ਬੜਾ ਸੰਖੇਪ ਜਿਹਾ, ਅਗਲੀ ਵਾਰੀ ਪੂਰੀ ਡਿਟੇਲ ਨਾਲ ਆਪਾਂ ਚੱਲਾਂਗੇ ਕਿਹੜੀ ਕਿਹੜੀ ਥਾਂ 'ਤੇ ਕੀ ਹੋਇਆ, ਕਿਹੜੇ ਕਿਹੜੇ ਬੰਦੇ ਨੂੰ। ਅਤੇ ਸਰਹੰਦ ਜਿਹੜੀ ਹੈ ਇਹ ਸਿੱਖ ਭੁੱਲਦੇ ਨਹੀਂ, ਅਤੇ ਆ ਤੁਹਾਡੀ ਗੱਡੀ ਦੀ ਲਾਈਨ ਜਿਹੜੀ ਹੈ ਇਹਦੇ ਥੱਲੇ ਸਾਰਾ ਪੀ ਪੂ ਕੇ ਇੱਟਾਂ ਵਿਛਾਤੀਆਂ ਥੱਲੇ, ਹਾਂਜੀ, ਮਹਾਰਾਜਾ ਮਹਿੰਦਰ ਸਿੰਘ ਹੋਣਾ ਨੇ ਇਹ ਵੇਚ ਦਿੱਤੀ ਸਾਰੀ ਜੀ। ਅਸੀਂ ਸਿਰਫ ਇਸ ਕਰਕੇ ਬੈਠੇ ਹਾਂ ਸਾਰੇ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਜਿਨ੍ਹਾਂ ਨੂੰ ਇੰਨੇ ਦਿਨ ਤੋਂ ਯਾਦ ਕੀਤਾ। ਬਸ ਖੀਰ 'ਤੇ ਇੱਕੋ ਗੱਲ, ਸਮਾਂ ਕਾਫੀ ਜ਼ਿਆਦਾ ਹੋ ਗਿਆ, ਕਰਤਾਰ ਸਿੰਘ ਬੁਲੱਗਣ ਦੀ ਮੈਂ ਉਦਣ ਵੀ ਕਿਹਾ ਉਹਦਾ ਗੀਤ ਸਿੰਘਾ ਸਾਰਾ ਟੋਟਲ ਇਹੀ ਹੈ, ਜੇ ਚੱਲਿਆ ਅਨੰਦਪੁਰ ਸ਼ਹਿਰ, ਸਿੰਘਾ ਜੇ ਚੱਲਿਆ ਅਨੰਦਪੁਰ ਸ਼ਹਿਰ, ਉੱਥੇ ਵਗਦੀ ਉਹ ਸਰਸਾ ਨਹਿਰ,
ਆਖੀ ਤੈਨੂੰ ਪੈ ਜਾ ਕਹਿਰ, ਤੇਰੇ ਪਾਣੀ ਦੇ ਵਿੱਚ ਜ਼ਹਿਰ, ਕੀਤਾ ਨਾਲ ਗੁਰਾਂ ਦੇ ਵੈਰ, ਕਲਗੀ ਧਰਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਫਿਰ ਸ਼ਬਦੇ ਉਹ ਵਾਰ ਵਾਰ ਕਹਿੰਦੇ, ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ, ਉੱਥੇ ਵਗਦੀ ਉਹ ਸਰਸਾ ਨਹਿਰ, ਆਖੀ ਤੈਨੂੰ ਪੈ ਜਾ ਕਹਿਰ, ਗੁਰਾਂ ਨਾਲ ਤੂੰ ਕੀਤਾ ਵੈਰ, ਤੇਰੇ ਪਾਣੀ ਦੇ ਵਿੱਚ ਜ਼ਹਿਰ, ਕਲਗੀ ਧਰਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿਲੇ ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਚਮਕੌਰ, ਉੱਥੇ ਸੁੱਤੇ ਨੇ ਦੋ ਭੌਰ, ਧਰਤੀ ਚੁੰਮੀ ਕਰਕੇ ਗੌਰ, ਤੇਰੀ ਜਿੰਦੜੀ ਜਾਊ ਸੌਰ, ਕਲਗੀ ਧਰਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਚੱਲਿਆ ਮਾਛੀਵਾੜੇ, ਉੱਥੇ ਆਖੀ ਕਰ ਕਰ ਹਾੜੇ, ਤੇਰੀ ਫੁੱਟਨੇ ਬਾਗ ਉਜਾੜੇ। ਉਹ ਸੁਣਿਓ ਇਸ ਗੱਲ ਨੂੰ, ਹੇ ਗੁਰੂ ਗੋਬਿੰਦ ਸਿੰਘ ਜੀ, ਤੇਰੇ ਬਾਗ ਨੂੰ ਸਾਡੀ ਫੁੱਟ ਮਾਰ ਗਈ ਅੱਜ। ਇਹਦਾ ਮਤਲਬ ਉਹ ਕੌਮ ਦੀ ਤਰਾਸ ਦੀ ਕਹਿ ਰਿਹਾ। ਸਿੰਘਾ ਚੱਲਿਆ ਮਾਛੀਵਾੜੇ, ਉੱਥੇ ਆਖੀ ਕਰ ਕਰ ਹਾੜੇ, ਤੇਰੇ ਫੁੱਟਨੇ ਬਾਗ ਉਜਾੜੇ, ਤੇਰੇ ਬਾਜ ਨਾ ਮੁੱਕਣ ਪਵਾੜੇ, ਤੇਰੇ ਬਾਜ ਨਾ ਮੁੱਕਣ ਪਵਾੜੇ, ਕਲਗੀ ਧਰਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਸਰਹੰਦ, ਆਪਾਂ ਇੱਥੇ ਆ ਗਏ ਹਾਂ, ਸਿੰਘਾ ਜੇ ਚੱਲਿਆ ਸਰਹੰਦ, ਉੱਥੇ ਸੁੱਤੇ ਨੇ ਦੋ ਚੰਦ, ਆਨੇ ਕਲਗੀ ਵਾਲੇ ਦੇ ਫਰਜੰਦ। ਮੇਰੀ ਫਿਰ ਬੇਨਤੀ ਹੈ, ਸਿੰਘਾ ਜੇ ਚੱਲਿਆ ਸਰਹੰਦ, ਉੱਥੇ ਸੁੱਤੇ ਨੇ ਦੋ ਚੰਦ, ਕਲਗੀ ਵਾਲੇ ਦੇ ਨੇ ਫਰਜੰਦ, ਦਰਸ਼ਨ ਪਾ ਕੇ ਹੋਈ ਆਨੰਦ, ਕਲਗੀ ਧਰਦੀਆਂ ਪਾਈਏ ਬਾਤਾਂ, ਜਿਹਨੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਬਸ ਅਸੀਂ ਉਹਦੀਆਂ ਬਾਤਾਂ ਪਾਉਣ ਆਏ ਸਾਂ ਜੀ, ਜਿਹਨੇ ਇੰਨਾ ਕੁਛ ਸਾਨੂੰ ਦਿੱਤਾ। ਆਪ ਸੰਗਤ ਦਾ ਬਹੁਤ ਧੰਨਵਾਦ।